माइक चेक मेरा भी चेक, तेरा भी चेक। तू दस साला इत्थे की करना तू हैं? ते अपा सुखना ऐसी करी दी भाई, मजा आया। और मैं ये जो मजा है हिंदुस्तान के हर व्यक्ति को देना चाहता हूं। वेलकम है जी थोड़ा साडे डू प्रो चैनल दे विच, ते साडी पहली पॉडकास्ट आ। मैं बड़ा भाई, छोटा भाई ते थोड़ा सी स्वागत कर रहे हैं। गल कुछ नहीं, परपस कुछ नहीं हैगा, ते सिर्फ एक चार पैसे सी कोले, उन्हां दे सी माइक खरीद ले। चार पैसे साडे खत्म हो गए, असीं उन्हां नूं हुण यूज किवें करिए, है ना? पैसे लाए तो फिर यूज करने ही आ। पहले 3 महीने हो गए सोचते नूं वी चल यार आपां माइक ऑर्डर कर दिए, लेकिन अज आउंदे आ कल आउंदे आ। फिर मैं सोचा जदों अपने सामने एक समान पिया हो, चीज पई हो, ਉਹਨੂੰ ਫਿਰ ਯੂਜ਼ ਕਰਨ ਦਾ ਜਜ਼ਬਾ ਪੂਰਾ ਹੋਊਗਾ, ਹੈ ਨਾ? ਜਿਵੇਂ ਕਿ ਅੱਜ ਹੋਇਆ। ਅੱਜ ਪਏ ਸੀਗੇ ਤੇ ਸੋਚਿਆ ਵੀ ਅੱਜ ਆਪਾਂ ਪੋਡਕਾਸਟਿੰਗ ਕਰੀਏ। ਹਾਂ, ਫਿਰ ਅਸੀਂ ਸੈਟਅਪ ਲਾਇਆ, ਹਾਂ, ਤਾਂ ਸਟਾਰਟ ਕਰਤੀ। ਹੁਣ ਦੇਖਦੇ ਹਾਂ ਕਿੱਥੇ ਤੱਕ ਜਾਂਦੀ ਪੋਡਕਾਸਟਿੰਗ। ਬਸ ਆਪਾਂ ਲੈਣੀ ਖਿੱਚ ਕੇ ਜਮਾਂ ਜੇ ਖਿੱਚ ਕੇ ਇਹਨੂੰ ਪੂਰੀ ਐਨ, ਅਤੇ ਇਹਦਾ ਪੋਡਕਾਸਟ ਦਾ ਮਤਲਬ ਕਰਨੀ ਤਾਂ ਸਾਨੂੰ 3-4 ਸਾਲ ਪਹਿਲਾਂ ਚਾਹੀਦੀ, ਜਦੋਂ ਅਸੀਂ ਚੈਨਲ ਓਪਨ ਕੀਤਾ ਸੀਗਾ। ਅਤੇ ਲੇਕਿਨ ਕਰਦੇ ਉਦੋਂ ਬੰਦੇ ਦਿਮਾਗ 'ਚ ਨਹੀਂ ਹੁੰਦਾ। ਇਹ ਵੀ ਇੱਕ ਵਧੀਆ ਚੀਜ਼ ਆ, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕੁਛ ਅਰਾਊਂਡ ਤੁਹਾਡੇ ਕੀ ਐਕਸਪੀਰੀਅੰਸ ਚੱਲਦਾ ਅਤੇ ਉਹ ਸ਼ੇਅਰ ਕਰ ਸਕਦੇ ਹੋ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੁਛ ਐਪੀਸੋਡ ਕੁਛ ਆਪਣੀ ਪੋਡਕਾਸਟ ਚਲੀ ਜਾਵੇ ਕੋਈ ਸਪੈਸੀਫਿਕ ਟੋਪਿਕਸ ਦੇ, ਲੇਕਿਨ ਅੱਜ ਨਹੀਂ, ਅੱਜ ਆਪਣਾ ਪਹਿਲਾ ਦਿਨ ਆਪਦੀਆਂ ਗੱਲਾਂ ਕਰਦੇ ਹਾਂ, ਕੀ ਕਰਨਾ ਕੀ ਨਹੀਂ ਕਰਨਾ, ਹੈ ਨਾ? ਅਤੇ ਚੱਲ ਫਿਰ ਸਲੀਮ, ਤੂੰ ਆਪਦੇ ਬਾਰੇ ਫਿਰ ਦੱਸ ਦੇ ਮਿੱਤਰਾਂ ਨੂੰ, ਤੂੰ ਕੀ ਆ, ਤੂੰ ਕੌਣ ਆ, ਤੂੰ ਕਿੱਥੋਂ, ਤੂੰ ਕਿੱਥੋਂ ਆ, ਤੂੰ ਸ਼ਕਤੀਮਾਨ ਆ, ਤੂੰ ਸਾਰੇ ਤੈਨੂੰ ਬਹਿਰੂਪੀ ਆ ਕਹਿੰਦੇ। ਇੱਡੇ ਤਾਂ ਹੈ ਨੀ ਵੀ ਦੱਸੀਏ ਆਪਾਂ, ਬਟ ਜਿਹੜੇ ਆਪਣੀ ਆਡੀਅੰਸ ਆ ਉਹ 40 ਸਾਲ ਬੰਦਿਆਂ ਦੀ ਨਹੀਂ, 10 ਬੰਦਿਆਂ ਦੀ ਨਹੀਂ, 8-9 ਦਾ ਘਰ ਦੇ ਹੋ ਗਏ, ਬਾਕੀ ਸਾਡੇ 10 ਤੋਂ ਉੱਪਰ ਹੋ ਜਾਂਦੇ ਆ। ਤੂੰ ਦੱਸ ਆਪਣੇ ਬਾਰੇ ਕੁਛ, ਜਾਂ ਦੁਬਈ ਦੀ ਲਾਈਫ ਬਾਰੇ। ਦੁਬਈ ਦੀ ਲਾਈਫ, ਆ ਇੱਥੇ ਦੁਬਈ 'ਚ ਆਏ ਨੂੰ ਹੋ ਗਏ ਘੱਟੋ ਘੱਟ 15 ਸਾਲ। 15 ਸਾਲ ਮੈਂ ਆਪਣੇ ਇੱਥੇ, ਮਤਲਬ ਕਿਸੇ ਹੋਰ ਕੰਟਰੀ 'ਚ ਨਹੀਂ, ਸਾਰਾ ਐਕਸਪੀਰੀਅੰਸ ਇੱਥੇ ਹੀ ਹੈ। ਅਤੇ ਇੱਕ ਕੰਟਰੀ ਮੈਂ ਗਿਆ ਸੀ ਐਕਸਟਰਾ, ਜਿਹੜਾ ਬਹਿਰੀਨ, ਉੱਥੋਂ ਸਾਰਾ ਇੱਕ ਹੀ ਜੋਬ ਪ੍ਰੋਫੈਸ਼ਨ, ਕੋਈ ਚੇਂਜ ਨਹੀਂ ਕੀਤਾ, ਅਤੇ ਉਹਨੂੰ ਕੰਟੀਨਿਊ ਕਰਦੇ ਆਪਾਂ ਆਇਆ ਇੱਥੇ ਤੱਕ। 15 ਸਾਲ ਦੇ ਵਿੱਚ ਕਾਫੀ ਕੁਛ, ਮਤਲਬ ਲਾਈਫ ਸਕਸੈਸ ਵੀ ਕੀਤੀ ਆਪਦੀ ਥੋੜ੍ਹੀ ਬਹੁਤੀ, ਮਤਲਬ ਸਟੈਪ ਬਾਏ ਸਟੈਪ ਅਪ ਵੀ ਹੋਏ ਹਾਂ, ਅਤੇ ਆਪਦੇ ਆਪ ਨੂੰ ਸਟੈਬਲਿਸ਼ ਵੀ ਕੀਤਾ। ਉਸ ਤੋਂ ਬਾਅਦ ਫਿਰ ਆਪਣਾ ਸੋਚਿਆ ਵੀ ਥੋੜ੍ਹਾ ਬਿਜ਼ਨਸ ਆਪਣਾ ਹੋ ਜੇ, ਹੈ ਨਾ? ਅਤੇ ਉਹ ਇਹ ਸਵਾਲ ਤਾਂ ਪੁੱਛ ਰਿਹਾ, ਮੇਰਾ ਛੋਟਾ ਭਰਾ ਹੀ ਆ ਇਹ, ਮੈਨੂੰ ਸਾਰਾ ਪਤਾ, ਮੈਨੂੰ ਸਾਰਾ ਕੁਝ ਪਤਾ ਆਪਣੇ ਬਾਰੇ, ਕਿਉਂਕਿ ਇੱਥੇ ਅਸੀਂ ਇਕੱਠੇ ਹੀ ਸਟਰਗਲ ਕਰਦੇ ਹਾਂ, ਅਤੇ ਜਦੋਂ ਸਕਸੈਸ ਹੁੰਦੇ ਇਕੱਠੇ ਹੀ ਹੁੰਦੇ ਹਾਂ, ਜਦੋਂ ਫਾਲ ਡਾਊਨ ਹੁੰਦਾ ਤਾਂ ਫਿਰ ਡਾਊਨ ਫਾਲ ਸਾਡਾ ਫਿਰ ਇਕੱਠਾ ਹੀ ਜਾਂਦਾ, ਹੈ ਨਾ, ਦੋਨਾਂ ਦਾ ਹੀ। ਤੇ ਤਾਂ ਕਰਕੇ ਉਹ ਤਾਂ ਸਿਰਫ ਇਹ ਗੱਲਾਂ ਪੁੱਛ ਰਿਹਾ ਵਾ ਪੋਡਕਾਸਟ ਲਈ, ਹੈ ਨਾ? ਆਪਾਂ ਨੂੰ ਗੱਲਾਂ ਕਰਨੀਆਂ ਪੈਣੀਆਂ, ਫਿਰ ਆਪਾਂ ਨਹੀਂ ਦੱਸਾਂਗੇ ਕੀ, ਦੱਸਾਂਗੇ ਕੀ, ਹਾਂ ਕਿ ਅਸੀਂ ਦੁਬਈ ਦੇ ਵਿੱਚ ਕਾਹਤੋਂ ਚੌੜ ਤਾਂ ਨਹੀਂ ਆਪਾਂ ਕੀਤੀ, ਕਦੇ ਚੌੜ ਲੋਕੀ ਮੰਨ ਲੈਂਦੇ ਆਪਾਂ ਕੀ ਲੈਣਾ, ਹੈ ਨਾ? ਅਤੇ ਤੁਹਾਨੂੰ ਥੋੜ੍ਹਾ ਜਿਹਾ ਮੈਂ ਆਪਦਾ ਆਪਦੇ ਬਾਰੇ ਆਈਡੀਆ ਤਾਂ ਦੇਤਾ, ਹੈ ਨਾ? ਅਤੇ ਇੰਨੇ ਕੁ ਸਾਲ ਮੈਨੂੰ ਹੋ ਗਏ, ਛੋਟੇ ਤੈਨੂੰ ਕਿੰਨੇ ਸਾਲ ਹੋਇਆ? ਮੈਨੂੰ ਹੋ ਗਏ 8-9 ਸਾਲ, ਮੈਨੂੰ ਹੋ ਗਏ 8-9 ਸਾਲ ਇਹਨੂੰ ਹੋ ਗਏ, ਅਤੇ ਸਾਡੇ ਫਾਦਰ ਸਾਹਿਬ ਲਾ ਗਏ ਨੇ 20-22 ਸਾਲ, 23 ਸਾਲ ਉਹ ਵੀ ਲਾ ਗਏ ਨੇ, ਅਤੇ ਉਹਨਾਂ ਦਾ ਹੀ ਸਾਨੂੰ ਮਤਲਬ ਅੱਗੇ ਮਤ ਕਹਿ ਲਓ ਕਿ ਚੱਲ ਆ ਜਾਓ ਪੁੱਤ, ਲੱਗ ਜਾਓ ਟਰੈਕ 'ਤੇ। ਅਤੇ ਉਹਨਾਂ ਨੇ ਸਾਨੂੰ ਸੋਚਿਆ ਹੋਣਾ ਵੀ ਜਿਵੇਂ ਹੈਕ ਮਾਂ ਪਿਓ ਸੋਚਦਾ ਕਿ ਯਾਰ ਇਹ ਕਿੱਥੇ ਸਾਡੇ ਧੱਕੇ ਖਾਣਗੇ, ਇੱਥੇ ਜਾਂ ਨਸ਼ਿਆਂ 'ਤੇ ਲੱਗਣਗੇ ਜਾਂ ਤਾਂ ਕੇਸ ਪਵਾਉਣਗੇ, ਕਿਉਂਕਿ ਮੈਨੂੰ ਇਹ ਲੱਗਦਾ ਵੀ ਹਰ ਇੱਕ ਪੰਜਾਬੀ ਜਿਹੜਾ ਬੰਦਾ ਮੁੰਡਾ ਵਾ ਜਦੋਂ ਉਹ ਜਵਾਨ ਹੁੰਦਾ ਉਹਦੀ ਸੇਮ ਹੀ ਲਾਈਫ, ਆਲਮੋਸਟ ਸੇਮ ਹੀ ਲਾਈਫ ਮੈਂ ਦੱਸਦਾ ਤੈਨੂੰ ਇਹਦੇ ਕੀ ਸਟੈਪ ਨੇ। ਆਪਾਂ ਪਹਿਲਾਂ ਸਕੂਲਿੰਗ ਕਰਦੇ ਹਾਂ, ਸਕੂਲਿੰਗ ਤੋਂ ਸਾਨੂੰ ਥੋੜ੍ਹਾ ਭੂਤ ਸਵਾਰ ਹੁੰਦਾ ਵਾ 10ਵੀਂ 11ਵੀਂ ਤੋਂ, ਜਾਂ ਉਹਨੂੰ ਆਸ਼ਕੀ ਦਾ ਲਾ ਲਾ ਜਾਂ ਅਵਾਰਾਗਰਦੀ ਦਾ ਲਾ ਲਾ, ਬਦਮਾਸ਼ੀ ਦਾ ਲਾ ਲਾ, ਹੈ ਨਾ, ਬਾਈ ਜੀ। ਅਤੇ ਉੱਥੋਂ ਗਾਹ ਫਿਰ ਆਪਾਂ ਜਾਂਦੇ ਹਾਂ ਕਾਲਜ ਦੇ ਵਿੱਚ, ਉੱਥੋਂ ਵੀ ਫਿਰ ਆਪਣਾ ਬਾਈ ਜੀ ਚੱਲਦਾ ਕਾਲਜ ਦੇ ਵਿੱਚ ਵੀ, ਜਾਂ ਆਪਾਂ ਕੰਡਕਟਰ ਕੁੱਟਣਾ, ਜਾਂ ਆਪਾਂ ਕੋਈ ਮਤਲਬ ਦਿਖਾਉਣਾ ਵੀ ਯਾਰ ਸਾਡੇ ਨਾਲ ਕੋਈ ਬੰਦੇ ਖੜੇ ਆ, ਹੈ ਨਾ? ਐਂ ਕਰਦੇ ਕਰਦੇ ਵਿਜ਼ਨ ਕੋਈ ਨਹੀਂ, ਵਿਜ਼ਨ ਬਿਲਕੁਲ ਹੀ ਨਹੀਂ ਹੈਗਾ ਵੀ ਅਸੀਂ ਅੱਗੇ ਕਰਨਾ ਕੀ ਆ, ਅਸੀਂ ਅੱਗੇ ਸਾਡਾ ਫਿਊਚਰ ਕੀ ਆ। ਹਾਲਾਂਕਿ ਜਦੋਂ ਅਸੀਂ ਇੱਥੇ ਦੁਬਈ ਦੇ ਵਿੱਚ ਆਏ ਹਾਂ ਨਾ,
ਤੇ ਉਸ ਲਈ ਮੈਂ ਉਹ ਇੱਥੇ ਆ ਕੇ ਪਤਾ ਲੱਗਦਾ ਵੀ ਯਾਰ ਦੂਜੀਆਂ ਸਟੇਟਸ ਦੇ ਜਿਵੇਂ ਦਿੱਲੀ ਦੇ ਹੋ ਗਏ, ਬੰਬੇ ਦੇ ਹੋ ਗਏ, ਕੇਰਲਾ ਦੇ ਹੋ ਗਏ, ਤੇ ਉਹਨਾਂ ਕੋਲ ਵਿਜ਼ਨ, ਉਹਨਾਂ ਕੋਲ ਵਿਜ਼ਨ ਆ, ਉਹਨਾਂ ਨੂੰ ਪਤਾ ਕੀ ਕਰਨਾ ਕਿੱਦਾਂ ਕਰਨਾ। ਆਪਾਂ ਪੰਜਾਬੀਆਂ ਨੂੰ ਪਹਿਲਾਂ ਇਹ ਨਹੀਂ ਪਤਾ ਵੀ ਅਸੀਂ ਜੋਬ ਕਰਨੀ ਆ, ਸਾਡੇ ਦਿਮਾਗ 'ਚ ਜੋਬ ਹੈ ਹੀ, ਵੀਜ਼ਾ ਲਵਾ ਦਿਓ ਬਸ, ਵੀਜ਼ਾ ਲਵਾ ਦਿਓ, ਕਿਸੇ ਵੀ ਕੰਟਰੀ ਜਾਣਾ, ਟਰਾਲਾ ਚਲਾਉਣਾ, ਆਪਣਾ ਵਿਜ਼ਨ ਹੀ ਆ। ਬਟ ਆਪਾਂ ਦੂਜੀ ਸਟੇਟਾਂ ਨੇ ਦੇਖਿਆ ਬੜੇ ਪ੍ਰੋਫੈਸ਼ਨਲੀ ਆਉਂਦੇ ਆ, ਆਉਂਦੇ ਆ ਬਿਲਕੁਲ, ਆ ਕੇ ਇੱਥੇ ਜੋਬਾਂ ਗੈਟ ਕਰਦੇ ਆ, ਹਾਂ, ਜੋ ਕਿ ਆਪਾਂ ਕਦੇ ਸੋਚਿਆ ਨਹੀਂ ਸੀ ਆਹ ਜੋਬ ਕਰਨੀ, ਉਹ ਕਰਨੀ, ਉਹਨਾਂ ਦਾ ਪਹਿਲਾਂ ਹੀ ਇੱਕ ਏਮ ਹੁੰਦਾ। ਇਹ ਆਹੀ ਚੀਜ਼ ਉਹ ਸਟੈਪ ਹੋ ਗਿਆ। ਪੰਜਾਬੀ ਨੂੰ 28, 29 ਜਾਂ 25 ਸਾਲ ਦੀ ਉਮਰ ਤੱਕ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜਾਣਾ ਕਿੱਧਰ ਨੂੰ, ਕਿਉਂਕਿ ਉਹ ਮਾਂ ਦੀ ਕੁਛੜ ਜੀ ਪਿਆ ਹੁੰਦਾ। ਅਗਰ ਉਹ ਨਿਕਲੇਗਾ ਤਾਂ ਪਹਿਲੀ ਵਾਰ ਸਿੱਧਾ ਕੈਨੇਡਾ ਨੂੰ ਨਿਕਲੂਗਾ। ਆਪਾਂ ਮਤਲਬ ਆਪਾਂ ਕੈਨੇਡਾ ਵੀ ਕਹਿ ਸਕਦੇ ਹਾਂ, ਕੈਨੇਡਾ ਉਹ ਵੀ ਕਹਿ ਸਕਦੇ, ਲੇਕਿਨ ਕੈਨੇਡਾ ਕੈਨੇਡਾ ਹੀ ਆਪਣਾ ਕੈਨੇਡਾ, ਤੇ ਕੈਨੇਡਾ ਨੂੰ ਜਾਣਾ ਜੇ ਉੱਥੇ ਗੱਲ ਨਹੀਂ ਬਣਦੀ, ਫਿਰ ਇੱਕ ਹੁਣ ਇੱਕ ਵਿਜ਼ਨ ਜਿਹਾ ਇੱਕ ਹੋਰ ਵੀ ਚੱਲਦਾ ਆਉਂਦਾ ਕਿ ਯਾਰ ਛੋਟੀ ਕੰਟਰੀ ਵੀ ਦੁਬਈ ਦਾ ਬਣਾ ਲਓ। ਉਹ ਭਾਈ ਛੋਟੀ ਕੰਟਰੀ ਨਹੀਂ ਹੈ, ਇਹ ਪਹਿਲਾਂ ਤੁਹਾਡੇ ਦਿਮਾਗਾਂ ਦੇ ਵਿੱਚ ਬੜਿਆ ਹੋਇਆ, ਮੈਂ ਤੁਹਾਨੂੰ ਕਲੀਅਰ ਕਰਦਾ, ਇਹ ਸਾਰੀ ਕੰਟਰੀਆਂ ਨੂੰ ਘੱਟਦੀ ਘੱਟਦੀ ਆ ਗਈ ਆ ਪੋਜੀਸ਼ਨ 'ਤੇ, ਠੀਕ ਹੈ। ਹਾਂ, ਕੰਪੇਅਰ ਟੂ ਅਦਰ ਕੰਟਰੀਜ਼ ਇਹ ਸਾਰੀਆਂ ਫੈਸਿਲਿਟੀ ਸਾਰਾ ਕੁਛ, ਸਿਰਫ ਇੱਕ ਅੱਧੀ ਖਾਮੀ ਹੈ, ਉਹ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਾਰੇ ਪਰਦੇਸੀ ਪਰਦੇਸੀ ਹੁੰਦੇ, ਚਾਹੇ ਕੈਨੇਡਾ ਵਾਲੇ ਚਾਹੇ ਤੁਸੀਂ ਦੁਬਈ ਵਾਲੇ, ਹੈ ਨਾ। ਐਟ ਦਾ ਐਂਡ ਆਫ ਦਾ ਡੇ ਤੁਸੀਂ ਮੰਨੋ ਜਾਂ ਨਾ ਮੰਨੋ, ਆਪਾਂ ਆਪਣੇ ਆਲ੍ਹਣਿਆਂ 'ਚ ਵਾਪਸ ਜਾਣਾ ਹੀ ਜਾਣਾ, ਹੈ ਨਾ। ਤਾਂ ਕਰਕੇ ਅਤੇ ਇਹ ਹੁੰਦੀ ਆਪਣੀ ਪੰਜਾਬੀਆਂ ਦੀ ਦੌੜ। ਜਦੋਂ ਉੱਥੇ ਫਿਰ ਘਰ ਦੇ ਕੀ ਸੋਚਦੇ ਯਾਰ, ਇਹ ਸਾਲਾ ਸੱਟ ਖਾਓ, ਕੇਸ ਪਵਾਓ ਜਾਂ ਨਸ਼ੇ 'ਤੇ ਲੱਗੂ, ਇਹਨੂੰ ਕਿਤੋਂ ਕੱਢੋ, ਬੈਟਰ ਹੈ ਨਾ, ਇਹਨੂੰ ਕਿਤੋਂ ਕੱਢੋ। ਅਤੇ ਉਹ ਘਰ ਦੇ ਉਹ ਨਹੀਂ ਦੇਖਦੇ, ਪਾਸਪੋਰਟ ਸਿੱਧਾ ਜਾਟਾਂ ਕੋਲ ਜਾਂਦੇ ਆ, ਪੈਸੇ ਲਾਉਂਦੇ ਆ, ਬੰਦਾ ਚਾਹੇ ਕੈਨੇਡਾ, ਅਮੈਰੀਕਾ, ਕਿਤੇ ਵੀ ਜਾਂ ਦੁਬਈ, ਉਹਨੂੰ ਇੱਧਰ ਭੇਜ ਦਿੰਦੇ ਆ। ਵੀ ਇੱਥੇ ਤਾਂ ਬਹੁਤ ਜ਼ਿਆਦਾ ਪ੍ਰੋਫੈਸ਼ਨਸ ਨੇ, ਡੈਜ਼ਿਗਨੇਸ਼ਨ ਨੇ, ਵੀ ਯਾਰ ਅਸੀਂ ਤਾਂ ਲੇਬਰ 'ਚ ਆ ਗਏ ਹਾਂ, ਅਸੀਂ ਕਾਰਪੈਂਟਰੀ 'ਚ ਆ ਗਏ ਹਾਂ, ਅਸੀਂ ਉਹਦੇ 'ਚ ਆ ਗਏ ਹਾਂ। ਅਤੇ ਇੱਥੇ ਆ ਕੇ ਪਤਾ ਲੱਗਦਾ ਕਿ ਦੂਜੇ ਬੰਦੇ ਯਾਰ ਇੱਥੇ ਆ ਕੇ ਨਾ, ਸਭ ਤੋਂ ਪਹਿਲਾਂ ਕਈ ਪੰਜਾਬੀਆਂ ਨੂੰ ਇੱਥੇ ਆ ਕੇ ਐਚ ਆਰ ਡਿਪਾਰਟਮੈਂਟ ਕੀ ਹੁੰਦਾ ਉਹ ਪਤਾ ਲੱਗਣਾ, ਵੀ ਐਚ ਆਰ ਕਿਹਨੂੰ ਕਹਿੰਦੇ ਆ। ਕਿ ਦਿੱਲੀ ਬੰਬੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ, ਉਹ ਜੋਬਾਂ ਕਰਦੇ ਆਉਂਦੇ ਨੇ ਇੱਥੇ ਪੰਜਾਬੀਆਂ, ਮਤਲਬ ਲੇਕਿਨ ਆਹੀ ਇੱਕ ਕਮੀ ਆ, ਓਨੈਸਟੀ ਅਤੇ ਹਾਰਡ ਵਰਕ ਪੂਰਾ ਫੋਲੋ ਕਰਦੇ, ਇਹ ਫੋਲੋ ਕਰਦੇ ਆ, ਹੈ ਨਾ। ਆਪਦੇ ਆਪ ਨੂੰ ਮੇਨਟੇਨ ਕਰਕੇ ਵੀ ਚੱਲਦੇ ਆ, ਚੱਲ ਮੈਂ ਤਾਂ ਮੋਟਾ ਹੋ ਗਿਆ, ਅਤੇ ਸੋਹਣੇ ਕੱਪੜੇ ਲੀੜੇ ਲੱਤੇ ਐਨ ਵਧੀਆ ਐਨ ਤਰੀਕੇ ਨਾਲ ਰਹਿੰਦੇ ਵੀ ਆ, ਸਿਰਫ ਆਹੀ ਇੱਕ ਦੋ ਕਮੀਆਂ ਨੇ। ਮੈਨੂੰ ਲੱਗਦਾ ਹੁਣ ਤਾਂ ਉਹ ਵੀ ਇਹ ਮੈਨੂੰ ਲੱਗਦਾ ਕਮੀਆਂ ਚੱਕੀਆਂ ਜਾਣੀਆਂ, ਕਿਉਂਕਿ ਸਾਰੇ ਰਿਟਰਨ ਹੋ ਚੁੱਕੇ ਆ, ਸਾਰਿਆਂ ਦੇ ਮਾਂ ਪਿਓ, ਸਾਰਿਆਂ ਦੀ ਜਨਰੇਸ਼ਨ ਇੱਕ ਇੱਕ ਵਾਰੀ ਬਾਹਰ ਆ ਅੰਦਰ ਬਾਹਰ ਆ ਚੁੱਕੀ ਹੈ, ਹੈ ਨਾ। ਤਾਂ ਕਰਕੇ ਇਹ ਵੀ ਚੀਜ਼ ਮੈਨੂੰ ਲੱਗਦਾ ਅੱਗੇ ਦੇ ਅੱਗੇ ਡੈਵਲਪ ਹੋਊਗੀ ਹੁਣ ਦੇ ਟਾਈਮ ਦੇ ਵਿੱਚ। ਅੱਛਾ, ਇਹਦਾ ਹੋ ਗਿਆ ਦੁਬਈ ਦੇ ਪ੍ਰੋਫੈਸ਼ਨ ਜਾਂ ਆਪਣੇ ਇੰਟਰੋਡਕਸ਼ਨ ਬਾਰੇ, ਤੂੰ ਦੱਸ ਸਾਰਾ ਇੱਥੇ ਕੀ ਕਰਨਾ ਤੂੰ, ਹੈਂ। ਇੱਥੇ ਆਪਾਂ ਸੁੱਖ ਨਾਲ ਐਸੀ ਕਰੀ ਦੀ ਮੈਨੂੰ ਵੀ ਹੋਈ ਗਾਲੀ ਕਰਨੀ ਪੈ, ਸੁੱਖ ਨਾਲ ਠੀਕ ਆ, ਆਏ ਕੰਮ ਕੀਤਾ ਸਟੈਪ ਬਾਏ ਸਟੈਪ, ਵਧੇ ਬਾਪੂ ਦਾ ਬਾਈ ਦਾ ਆਪਾਂ ਨੂੰ ਸਪੋਰਟ ਰਹੀ, ਤੇ ਆਪਾਂ ਸੁੱਖ ਨਾਲ ਐਸ਼ ਹੀ ਕੀਤੀ ਆ, ਇੱਥੇ ਬਾਹਲਾ ਜ਼ਿਆਦਾ ਸਟਰਗਲ ਕਰਨ ਦੀ ਲੋੜ ਨਹੀਂ ਪਈ। ਸੁੱਖ ਨਾਲ ਹੁਣ ਆਪਣੇ ਬਿਜ਼ਨਸ ਵੀ ਆ, ਆਪ ਤਾਂ ਹੁਣ ਬਿਜ਼ਨਸ ਕਰੀਦਾ ਦੋਨੇ ਭਾਈ, ਅਤੇ ਚੱਲੀ ਜਾ ਰਹੀ ਆ ਸਮੂਥ ਲਾਈਫ ਵਧੀਆ। ਅਗਰ ਤੂੰ ਦੁਬਈ ਨਾ ਆਉਂਦਾ, ਮੇਰੇ ਮੂੰਹ 'ਚ ਆ ਗਿਆ, ਪਤਾ ਨਹੀਂ ਕੀ ਪੁੱਛ ਲੈਣਾ ਵੀ ਮੈਨੂੰ ਅੰਤ ਆਊਗਾ ਨਹੀਂ ਆਊਗਾ, ਕੁਛ ਵੀ ਪੁੱਛ ਸਕਦਾ। ਅਤੇ ਅਗਰ ਤੂੰ ਦੁਬਈ ਨਾ ਆਉਂਦਾ ਫਿਰ ਕਿੱਥੇ ਜਾਂਦਾ ਤੂੰ, ਕੈਨੇਡਾ, ਫਿਰ ਕੈਨੇਡਾ ਜਾਣਾ ਸੀ ਉਹਨੂੰ। ਇੱਕ ਹੋ ਜਾਂਦਾ ਨਾ ਫੈਮਲੀ 'ਚ ਪਹਿਲਾਂ ਹੀ, ਇੱਧਰ ਬਾਈ ਆ ਗਿਆ ਸੀ, ਫੈਮਲੀ ਆ ਗਈ ਸੀ, ਡੈਡੀ ਸੀ, ਤਾਂ ਜ਼ਿਆਦਾ ਕੈਨੇਡਾ ਦਾ ਮੇਰੇ ਟਾਈਮ 'ਤੇ ਮਾਇੰਡ ਗਿਆ ਨੀਗਾ, ਫੈਮਲੀ ਕੋਲ ਹੀ ਜਾਣਾ ਉਹੀ ਸੀਗਾ, ਮਿੱਤਰ ਆਪਣੇ ਸੁੱਖ ਨਾਲ ਸਾਰੇ ਕੈਨੇਡਾ ਬੈਠੇ ਆ, ਅੱਤ ਦੇ ਬੰਦੇ ਆ ਜਿਹੜੇ, ਅਤੇ ਗਿਣਤੀ ਦੇ ਹੀ ਨੇ, ਥੋੜ੍ਹੇ ਹੀ ਨੇ ਗਿਣਤੀਆਂ ਦੇ ਨੇ, ਟੌਪ ਕਲਾਸ ਬੰਦੇ ਨੇ ਉਹ, ਮਤਲਬ ਜਿਹੜੇ ਛਾਣ ਛਾਣ ਕੇ ਫਿਲਟਰ ਲਾ ਲਾ ਕੇ ਉਹ ਬੰਦੇ, ਮਤਲਬ ਕਿ ਜਿੰਨੀ ਮੇਰੀ ਉਮਰ ਆ ਜਾਂ ਮੇਰੀ ਏਜ ਆ ਅਤੇ ਜਿੰਨੀ ਇਹਦੀ ਏਜ ਆ, ਉਹ ਸਾਰੀ ਏਜ ਨੂੰ ਇਕੱਠਾ ਕਰਕੇ ਫਿਲਟਰ ਲਾ ਕੇ ਉਹ 4-5 ਕੀ ਨਿਕਲੇ ਆ ਉਹਨਾਂ ਤੋਂ, ਠੀਕ ਆ। ਬਾਕੀ ਯਾਰ ਦੋਸਤ ਮਿਲੇ ਬਹੁਤ ਨੇ, ਹੈਗੇ ਆ, ਮਤਲਬ ਕੋਈ ਆਸਟ੍ਰੇਲੀਆ ਬੈਠਾ ਅਤੇ ਕੋਈ ਕੈਨੇਡਾ ਬੈਠਾ ਅਤੇ ਕੁਛ ਕੁ ਇੱਥੇ, ਤਾਂ ਮੈਨੂੰ ਲੱਗਦਾ ਹੈ ਨਹੀਂ ਆਪਣੇ, ਆਪਣੇ ਜਿਹੜੇ ਪੁਰਾਣੇ ਸੀ, ਹਾਂ ਉਹ ਹੈ ਨਹੀਂ ਪੁਰਾਣੇ, ਹੈ ਨਹੀਂ ਗੇ ਇੱਥੇ, ਇੱਥੇ ਵੀ ਸੀਗੇ ਇੱਕ ਦੋ ਜਾਣੇ ਸਾਡੇ ਖਾਸ ਬਹੁਤ ਜ਼ਿਆਦਾ, ਅਤੇ
ਇੱਕ ਤਾਂ ਰੱਬ ਨੂੰ ਪਿਆਰਾ ਹੋ ਗਿਆ ਪਿਛਲੇ ਦਿਨੀ, ਖਾਸ ਮਿੱਤਰ ਦੀ ਬਹੁਤ ਜ਼ਿਆਦਾ ਖਾਸ ਸੀਗਾ, ਉਹਦਾ ਸਾਨੂੰ ਅਫਸੋਸ ਰਿਹਾ ਬਹੁਤ ਜ਼ਿਆਦਾ। ਅਤੇ ਰੀਜ਼ਨ ਅਸੀਂ ਚੱਲ ਕੀ ਦੱਸਣਾ ਉਹਦੇ ਬਾਰੇ, ਦਿਲ ਨੂੰ ਪਿਆਰਾ ਬੰਦਾ ਸੀ ਸਾਡਾ, ਘੈਂਟ ਬੰਦਾ, ਘੈਂਟ ਬੰਦਾ ਸੀ, ਜੱਟ ਬੰਦਾ ਸੀ ਅਤੇ ਦਿਲ ਦਾ ਖੁੱਲ੍ਹਾ ਸੀ ਦਰਿਆ। ਅੱਧੀ ਦੁਬਈ ਉਹਦੀ ਦੋਸਤ ਸੀ, ਐਡੀ ਉਹ ਚ ਕਲਾ ਸੀ ਨਾ ਬਾਈ, ਯਾਰੀ ਪਾਉਣ ਦੀ, ਦੋਸਤੀ ਪਾਉਣ ਦੀ, ਸਾਰਿਆਂ ਨਾਲ ਦੋਸਤੀ ਪਾ ਲੈਂਦਾ। ਹਾਂ, ਅਤੇ ਕਿੱਥੇ ਆਉਂਦਾ ਫਿਰ ਤੂੰ ਕੈਨੇਡਾ? ਫਿਰ ਕੈਨੇਡਾ ਨਹੀਂ, ਮੇਰੇ ਟਾਈਮ ਆਇਆ ਨਹੀਂ ਕੈਨੇਡਾ ਦਿਮਾਗ ਦੇ ਵਿੱਚ। ਮਿੱਤਰ ਸੀ ਸਾਰੇ ਕੈਨੇਡਾ ਹੀ ਗਏ ਆ, ਸਾਰੇ ਕੈਨੇਡਾ ਹੀ ਬੈਠੇ ਆ ਸੁੱਖ ਨਾਲ। ਅਤੇ ਫੈਮਲੀ ਇੱਧਰ ਹੋਣ ਕਰਕੇ ਪਹਿਲੇ ਸੈਫੀ ਦੁਬਈ ਦਾ ਸੀ, ਅਤੇ ਦੁਬਈ ਦਾ ਇਹ ਹੈ ਨਹੀਂ ਤੁਹਾਡਾ ਰਿਫਿਊਜ਼ ਹੋ ਜਾਵੇ, ਤੁਹਾਡਾ ਰਿਫਿਊਜ਼ ਹੋ ਗਿਆ ਵੀ ਹੁਣ ਕਿਤੇ ਹੋਰ ਦੇਖੀ ਨਹੀਂ, ਇਹਨਾਂ ਨੇ ਲਾਇਆ ਅਤੇ ਲੱਗ ਗਿਆ ਉਹ। ਫਿਰ ਆਪਾਂ ਦੁਬਈ ਆ ਗਏ, ਇੱਥੇ ਕੰਮ ਸਟਾਰਟ ਕੀਤਾ, ਬਸ ਕਰਦੇ ਕਰਾਉਂਦੇ 8-9 ਸਾਲ ਨਿਕਲ ਗਏ। ਅਪ ਡਾਊਨ ਆਉਂਦਾ ਰਹਿੰਦਾ ਹੁੰਦਾ ਲਾਈਫ ਦੇ ਵਿੱਚ, ਉਹ ਹਰ ਇੱਕ ਦਾ ਪਾਰਟ ਆ ਜਦੋਂ ਬੰਦਾ ਬਾਹਰ ਆਉਂਦਾ ਸਟਰਗਲ ਕਰਦਾ ਵਾ। ਇਹ ਤਾਂ ਸਾਡੀ ਹੋ ਗਈ ਇੰਟਰੋਡਕਸ਼ਨ ਦੋਨਾਂ ਦਾ, ਤੁਹਾਨੂੰ ਪਤਾ ਲੱਗ ਗਿਆ, ਅਤੇ ਅਸੀਂ ਤੁਹਾਨੂੰ ਇਹ ਜ਼ਿਆਦਾ ਇਹੋ ਜਿਹੀਆਂ ਗੱਲਾਂ ਕਰਕੇ ਬੋਰ ਨਹੀਂ ਕਰਾਂਗੇ, ਅੱਗੇ ਹੋਰ ਵੀ ਟੋਪਿਕ ਲੈ ਕੇ ਆਉਣੇ ਆ, ਅੱਗੇ ਹੋਰ ਵੀ ਗੱਲਾਂ ਕਰਨੀਆਂ, ਠੀਕ ਹੈ? ਹੌਲੀ ਹੌਲੀ ਛੇੜਾਂਗੇ ਆਪਾਂ ਟੋਪਿਕ। ਹੁਣ ਯਾਰ ਤੂੰ ਮੈਨੂੰ ਇਹ ਦੱਸ ਸਲੀਮੇ, ਬਈ ਤੂੰ ਇਕੱਲਾ ਆਇਆ ਇੱਥੇ ਦੁਬਈ ਦੇ ਵਿੱਚ, ਹਰ ਇੱਕ ਬੰਦਾ ਲੋਨ ਆਉਂਦਾ, ਅਤੇ ਹੁਣ ਤੂੰ ਫੈਮਲੀ ਨਾਲ ਰਹਿੰਦਾ, ਹੈ ਨਾ? ਵੀ ਇਹ ਜਿਹੜੇ ਅੱਜ ਕੱਲ੍ਹ ਮੁੰਡਿਆਂ ਦੇ ਵਿੱਚ ਹੈਗਾ ਵਾ ਸ਼ੌਂਕ, ਯਾਨੀ ਕਿ ਦਿਮਾਗ ਦੇ ਵਿੱਚ ਸ਼ੋਰਟਕੱਟ ਹੈਗਾ ਵੀ ਉਹ ਇੱਕੋ ਦਮ ਹੀ ਆ ਸਕਦੇ ਆ ਆਪਦੀ ਫੈਮਲੀ ਨਾਲ ਲੈ ਕੇ, ਜਾਂ ਸਟਰਗਲ ਕਰਦੇ ਆ ਜਾਂ ਮਿਹਨਤ ਕਰਦੇ ਆ, ਵੀ ਉਹਨਾਂ ਦੇ ਕੀ ਸਟੈਪ ਹੁੰਦੇ ਨੇ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਉਣ ਦੇ, ਮਤਲਬ ਕੀ ਚੱਲ ਅੱਜ ਕੱਲ੍ਹ? ਅੱਜ ਕੱਲ੍ਹ ਜ਼ਿਆਦਾਤਰ ਮੁੰਡੇ ਛੇਤੀ ਬੁਲਾਉਣ ਦੀ ਕਾਹਲੀ ਕਰਦੇ ਆ, ਫੈਮਲੀ ਨੂੰ ਨਾਲ ਵੀ ਜਲਦੀ ਲਿਆਇਆ ਜਾਵੇ। ਹਾਂ, ਬਟ ਸਟੈਪ ਬੈਟਰ ਇਹੀ ਆ, ਪਹਿਲਾਂ ਆਪ ਆਓ, ਸੈਟਲ ਕਰੋ, ਫਿਰ ਫੈਮਲੀ ਆ ਜਾਵੇ ਤਾਂ ਬੈਟਰ ਆ, ਬੰਦਾ ਸਮੂਥ ਚੱਲੀ ਜਾਂਦਾ ਮੈਨੂੰ ਮੈਨੂੰ ਐਂ ਲੱਗਦਾ ਵੀ ਅਗਰ ਦੋਨੇ ਹਸਬੈਂਡ ਵਾਈਫ ਪੜ੍ਹੇ ਲਿਖੇ ਨੇ, ਠੀਕ ਹੈ ਨਾ, ਅਪਰਚੁਨਿਟੀਜ਼ ਮਿਲਦੀਆਂ ਨੇ। ਹਾਂ, ਅਗਰ ਦੋਨੇ ਹਸਬੈਂਡ ਵਾਈਫ ਪੜ੍ਹੇ ਲਿਖੇ ਨੇ ਉਹ ਜੋਬ ਲਈ ਅਪਲਾਈ ਕਰਨ ਬਹੁਤ, ਅਤੇ ਅਗਰ ਉਹਨਾਂ ਨੂੰ ਇੱਕ ਹੀ ਕੰਟਰੀ ਦੇ ਵਿੱਚ ਲਾਈਕ ਦੁਬਈ ਦੇ ਵਿੱਚ ਜੋਬ ਮਿਲਦੀ ਹੈ ਤਾਂ ਆਪਣੇ ਉਹ ਇਕੱਠੇ ਆ ਕੇ ਆਪਣੇ ਇੱਥੇ ਕਰੀਅਰ ਸ਼ੁਰੂ ਕਰ ਸਕਦੇ ਆ। ਅੱਜ ਮਤਲਬ ਅੱਜ ਸਾਡਾ ਮਤਲਬ ਮੇਰਾ ਆਫ ਸੀਗਾ ਸੰਡੇ, ਸੋਰੀ ਸੈਟਰਡੇ, ਤੁਹਾਨੂੰ ਪਤਾ 6 ਦਿਨ ਬੰਦਾ ਜਦੋਂ ਕੰਮ ਕਰਦਾ ਤੇ ਇੱਕ ਹੁੰਦਾ ਨਾ ਮੈਂ ਠੀਕ ਹੈ ਅੱਜ ਇੱਕ ਰੈਸਟ ਹੋਣੀ ਹੈ ਅਤੇ ਉਹ ਕਰਨੀ ਹੈ, ਉਹ ਫਿਰ ਅਸੀਂ ਮੈਂ ਅੱਜ ਮਤਲਬ ਬੈੱਡ 'ਤੇ ਪੈ ਕੇ ਸੌਂ ਕੇ ਖਾ ਪੀ ਕੇ ਜਵਾਕਾਂ ਨਾਲ ਮਗਜ ਮਾਰੀ ਕਰਕੇ ਘਰੇ ਸਾਰਾ ਦਿਨ। ਅਸੀਂ ਸ਼ਾਮ ਨੂੰ ਨਿਕਲੇ ਹਾਂ, ਅਸੀਂ ਬਲੌਗ ਸਟਾਰਟ ਕੀਤਾ ਅਤੇ ਥੋੜ੍ਹਾ ਗਏ ਹਾਂ ਮਾਰਕੀਟ ਦੇ ਵਿੱਚ। ਇਹਨੂੰ ਕਿਹਾ ਸੀ ਮੈਂ ਇੱਕ ਕੰਮ ਕਿ ਯਾਰ ਤੂੰ ਬਨਾਨਾ ਜਿਹੜੇ ਹੈਗੇ ਨਾ ਉਹ ਕੇਲੇ ਪਾ ਲਾ ਉੱਥੋਂ ਚੱਕ ਕੇ, ਵਧੀਆ ਜੇ ਆਪਾਂ ਖਾ ਲਾਂਗੇ ਘਰੇ, ਜਵਾਕ ਵੀ ਖਾ ਲੈਣਗੇ ਅਤੇ ਇਹ ਹੁਣ ਆਪਦੇ ਮੂੰਹੋਂ ਦੱਸੂਗਾ, ਜੇ ਜੇ ਸਹੀ ਦੱਸੂਗਾ ਤਾਂ ਠੀਕ ਹੈ, ਜੇ ਗਲਤ ਦੱਸੂ ਮੈਂ ਇਹਨੂੰ ਕੁੱਟੂ ਇੱਥੇ। ਕਦੇ ਹੋ ਜਾਂਦਾ ਬੰਦੇ ਤੋਂ ਬਾਕੀ ਇਹਨੇ ਪਤਾ ਸਾਰੇ ਨੇ ਜਿਹੜੇ ਕੇਲੇ ਮਤਲਬ ਬਨਾਨਾ ਪੱਕੇ ਹੋਏ ਵੱਧਦਾ ਵੱਡੇ ਵੱਧਦਾ ਤੇ ਉਹ ਲੈ ਲੈਣੇ ਦੇਖ ਦੂਰੋਂ ਦੇਖ ਕੇ ਨਾ ਦੇਖ ਕੇ ਵੀ ਹਾਂ ਯਾਰ ਇਹ ਤਾਂ ਵਧੀਆ ਲੱਗਦਾ, ਉਹ ਸਾਰੇ ਨਾ ਅੱਧੇ ਗਲੇ ਹੋਏ ਹਜੇ ਵੀ ਪਏ ਨੇ ਆਪਣੇ ਕੋਲ ਸੈਲਫ ਤੇ, ਤੇ ਕੱਲ ਤੱਕ ਜਮਾਂ ਖਤਮ ਹੋਇਆ ਗਿਆ। ਉਹ ਆ ਕੇ ਨਾ ਜਦੋਂ ਘਰਦਿਆਂ ਨੂੰ ਦਿਖਾਏ ਕਿ ਵੀ ਯਾਰ ਉਹਨੇ ਕਿਹਾ ਵੀ ਆਹ ਕੀ ਚੱਕ ਲਿਆ ਤੁਸੀਂ ਢਿੱਲੇ ਮੂੰਹ ਦਾ, ਪਤਾ ਕਿਹਾ ਇਹਦਾ ਫਿਰ ਛੇਤੀ ਛੇਤੀ ਸ਼ੇਕ ਬਣਾ ਲਓ ਕਹਿੰਦਾ ਖਰਾਬ ਹੋਣ ਤੋਂ ਪਹਿਲਾਂ ਵੀ ਜਦ ਹੀ ਬਨਾਨਾ ਸ਼ੇਕ ਬਣਾ ਲਓ ਯਾਰ, ਵੀ ਖਰਾਬ ਤਾਂ ਨਹੀਂ ਹੋਣ ਦਿੱਤੇ ਨਾ, ਉਦੋਂ ਪਹਿਲਾਂ ਪਹਿਲਾਂ ਆਪਾਂ ਪੀ ਲੈ ਲਏ। ਉਹ ਯਾਰ ਔਖਾ ਯਾਰ ਇੰਨਾ ਹੋ ਜਾਂਦਾ, ਇਹ ਨਹੀਂ ਦੱਸਿਆ ਜਿਹੜੀਆਂ ਬਾਕੀ ਸਬਜ਼ੀਆਂ ਪਾਈਆਂ ਬਾਕੀ ਫਰੂਟ ਉਹ ਸਭ ਵਧੀਆ ਨਿਕਲੇ, ਇੱਕ ਚੀਜ਼ ਮਾੜੀ ਨਿਕਲੀ ਉਹ ਕਾਊਂਟ 'ਚ। ਯਾਰ ਇੱਕ ਤਾਂ ਵੈਸੇ ਇਹ ਕੰਮ ਹੈਗੇ ਬੁੜੀਆਂ ਵਾਲੇ, ਲੇਕਿਨ ਬੰਦੇ ਲਈ ਔਖਾ ਇਹ ਕੰਮ ਸਹੀ। ਹਾਂ, ਆਪਣੇ ਹੱਥ ਤਾਂ ਜਦੋਂ ਵੀ ਆਪਾਂ ਗਰੋਸਰੀ ਲਈ ਜਾਂਦੇ ਹਾਂ ਬੱਚਿਆਂ ਲਈ ਅਤੇ ਫਿਰ ਆਪਾਂ ਨਹੀਂ ਦੇਖੀਦਾ ਕਿ ਚੱਕ ਕੇ ਸਾਰਾ ਕੁਛ ਗੱਠ ਮਾਰ ਕੇ ਲਿਆਈਦਾ, ਹੈ ਨਾ? ਅਤੇ ਅੱਜ ਦੀ ਆਹ ਇੱਕ ਥੋੜ੍ਹੀ ਜਿਹੀ ਫਨੀ ਫਨੀ ਟੋਪਿਕ ਸੀਗਾ। ਅਤੇ ਦੁਬਈ ਦਾ ਮੈਂ ਦੁਬਈ ਦਾ ਕਿਉਂ ਨਾਮ ਇੰਨਾ ਜ਼ਿਆਦਾ ਲਾਪ ਰਿਹਾ ਕਿਉਂਕਿ ਆਪਾਂ ਇੱਥੇ ਰਹਿੰਦੇ ਹਾਂ, ਆਪਣੀ ਕੰਟਰੀ ਆ ਇਹ, ਸੈਕਿੰਡ ਹੋਮ ਕੰਟਰੀ ਆਪਣਾ। ਅਤੇ ਦੁਬਈ ਦੇ ਵਿੱਚ ਜਿਹੜਾ ਆਉਣ ਵਾਲਾ ਆਪਣਾ ਪੋਡਕਾਸਟ ਹੋਣਾ ਤੁਹਾਡੇ ਲਈ ਇਨਫੋਰਮੇਸ਼ਨ ਆ, ਦੁਬਈ ਦੇ ਵਿੱਚ ਬਿਜ਼ਨਸ ਕਿਵੇਂ ਕਰਨਾ, ਦੁਬਈ ਦੇ ਵਿੱਚ ਲਾਈਫ ਕਿੱਦਾਂ ਦੀ ਹੈ, ਤੁਹਾਨੂੰ ਕੀ ਐਕਸਪੈਂਸਿਸ ਚਾਹੀਦੇ ਨੇ, ਤੁਹਾਡੀ ਕਿੰਨੀ ਅਰਨਿੰਗ ਹੋਣੀ ਚਾਹੀਦੀ ਆ ਇੱਕ ਫੈਮਲੀ ਦੇ ਨਾਲ ਰਹਿਣ ਲਈ, ਹੈ ਨਾ? ਇਹਨਾਂ ਸਾਰੀਆਂ ਚੀਜ਼ਾਂ 'ਤੇ ਵਨ ਬਾਏ ਵਨ ਕਰਕੇ ਆਪਾਂ ਛੋਟੇ ਛੋਟੇ ਟੋਪਿਕ 'ਤੇ ਡਿਸਕਸ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਠੀਕ ਹੈ? ਕਿਉਂਕਿ ਆਪਣਾ ਇਹ ਫੰਡਾ ਵਾ ਜੋ 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 ਮਤਲਬ ਕਿ ਜੋ ਖਾਧਾ ਉਹੀ ਟੇਸਟ ਦੱਸਣਾ, ਜੋ ਹੰਡਾਇਆ ਉਹੀ ਦੱਸਣਾ, ਹੈ ਨਾ? ਅਤੇ
कुछ मतलब गल्लां ने कुछ चंगियां भी ने कुछ मंदियां भी ने ट्राई करांगे सारा कुछ ही सारा मतलब थोनू कुक करके वधिया मूहरे रख दी जाए चीज़ है ना तो कल कोई अगर मन सवाल जवाब आता किसने आना है ना या फैमिली नाल आना या कोई बिजनेस करना उसनू कोई लाइसेंस की लोड़ है या उन्होंने कुछ पता नहीं चल रहा अपना चैनल हैगा ये ऑलवेज मोस्ट वेलकम ठीक है। हाँ जी जनाब तुसी मैसेज दे दो टॉपिक इदा नहीं कोई बड़ी वड्डी गल दो भरावां दी गल होनी है बैठ के एक पॉडकास्ट करनी है जिन्नी कि सानू नॉलेज है जिन्ना कि सानू पता उहदे बारे आपां डिस्कशन करांगे हाँ ते मूहरे रखांगे सारी चीज़ चलो इन्ना कि हुण आपां इह करदे आ इहनूं असीं करदे आ एंड ते तुहाडा बहुत बहुत धन्नवाद अगर तुसीं आ पॉडकास्ट नूं एक या दो मिनट भी जां 15 सैकेंड भी सुन लिया जां इहनूं ओपन करके देख लिया है ना ते उहदे लई बड़ी बड़ी मेहरबानी आपां सक्सैस अपने अपना थैंक यू होगा थोनू ते बहुत धन्यवाद जांदे जांदे मतलब कि तुसीं डू ग्रो चैनल नूं थोड़ा जा लाइक कमेंट या तुसीं व्यू कर लो बहुत कोई लालच नहीं हैगा कोई कुछ नहीं हैगा ते बस इन्ना की आ कि जो असीं चीज़ कर रहे हैं थोड़े तक पहुँचदी हो जाए बस चाहे यार कई आपां चंगी गल ही करांगे माड़ी नहीं करते गरंटी आ जो अजकल सोशल मीडिया ज्यादा वधिया करांगे है ना नहीं हुई कि गल बंदा स्किप कर दिंदा करनी है चलो मिलते हैं जी ओके बाय टाटा थैंक यू सो मच बाय।